ਟੰਗ ਹੈਗੀ ਜੀ 8 ਫੁੱਟ ਬਾਏ 6 ਫੁੱਟ ਦੀ ਕੀ ਖਾਸੀਅਤ ਹੈ ਇਹਦੀ ਖਾਸੀਅਤ ਹੈ ਜਿਹੜੀ ਬਾਂਸ ਦੀ ਬਣੀ ਟੰਗ ਖੁੱਲੀ ਫੁੱਲ ਬਾਂਸ ਦੀ ਬਣੀ ਹਿੰਦੁਸਤਾਨ 'ਚ ਇਹੋ ਜਿਹੀਆਂ ਚੀਜ਼ਾਂ ਬਣਾ ਸਕਦੇ ਹਾਂ ਔਰ ਬੇਜੋੜ ਪਤੰਗ ਇਹਦੇ 'ਚ ਕੋਈ ਵੀ ਜੋੜ ਨਹੀਂ ਇਹਦੇ ਕਾਗਜ਼ 'ਚ ਕਿੰਨਾ ਟਾਈਮ ਲੱਗਾ ਇਹਨੂੰ ਬਣਾਉਣ 'ਤੇ ਇਹਨੂੰ ਮਾਰਾ 6 ਦਿਨ ਲੱਗੇ ਜੀ ਇੱਕ ਟੰਗ ਬਣਾਉਣ 'ਚ ਪਤੰਗਾਂ ਬਣਾਉਂਦੇ ਸੀ ਬਹੁਤ ਬਹੁਤ ਵੱਡੀਆਂ ਦਿਖਾਉਂਦੇ ਸੀ ਵੀ ਆਪਾਂ ਡੋਨੇ ਪਏ ਆਪਣੇ ਬਟਾਲੇ 'ਚ ਬਣਾ ਕੇ ਦਿਖਾ ਦਿੱਤੀ ਤੁਸੀਂ ਮਾਰਾ ਬਣਾਈ ਹੈ ਤੁਹਾਡੇ ਸਾਹਮਣੇ ਆ ਇਹ ਮੁਜੱਸਮਾ ਤੁਹਾਡੇ ਸਾਹਮਣੇ ਆ ਦੇਖ ਲਓ ਔਰ ਸਿਰਫ ਬਣਾਈ ਨਹੀਂ ਇਹਨੂੰ ਉਡਾਵਾਂਗੇ ਵੀ ਆਪਣੇ ਵਾਸਤੇ ਬਣਾਈ ਕਿ ਵੇਚਣ ਵਾਸਤੇ ਇਹ ਆਪਣੇ ਵਾਸਤੇ ਬਣਾਈ ਹੋਰ ਵੀ ਇਦਾਂ ਦੀ ਬਣਾਈਆਂ ਤੁਸੀਂ ਉਹ ਇਸ ਤੋਂ ਛੋਟੀਆਂ ਥੋੜੀਆਂ ਇੱਕੋ ਹੀ ਆ ਇਹ ਪਤੰਗੀ ਵੱਡੀ ਇਹ ਸਿਰਫ ਇੱਕੋ ਸਿੰਪਲ ਭਾਜੀ ਦੇਖੋ ਜੀ ਬਟਾਲੇ 'ਚ ਹਰ ਇੱਕ ਚੀਜ਼ ਬਣਦੀ ਹੈ ਜਿੰਨਾ ਸ਼ੌਂਕ ਲੱਗਦਾ ਮੈਨੂੰ ਬਟਾਲੇ ਦੇ ਵਿੱਚ ਆ ਉਹਨਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਨਹੀਂ ਹੈਗਾ ਲੋਕੀ ਦੂਰੋਂ ਦੂਰੋਂ ਆਪਣੇ ਰਿਸ਼ਤੇਦਾਰ ਆਉਂਦੇ ਨੇ ਇੱਥੇ ਲੋਹੜੀ ਦੇ ਸਪੈਸ਼ਲ ਲੋਹੜੀ ਦੇ ਆਉਂਦੇ ਨੇ ਮਨਾਉਣ ਵਾਸਤੇ ਤਿਉਹਾਰ ਵੇਖਣ ਵਾਸਤੇ ਆਉਂਦੇ ਨੇ ਜਿੰਨੀ ਪਤੰਗ ਭਾਜੀ ਇੱਥੇ ਹੁੰਦੀ ਹੈ ਮੈਨੂੰ ਲੱਗਦਾ ਕਿਤੇ ਹੁੰਦੀ ਹੋਵੇਗੀ ਇਹ ਚੜ੍ਹਾਈ ਕਿੱਦਾਂ ਜਾਊਗੀ ਏਡੀ ਵੱਡੀ ਇਹ ਜੀ ਚੜ੍ਹਾਈ ਜਾਏਗੀ ਮਾਂਝੀ ਦੇ ਡੋਰ ਤੋਂ ਚੜ੍ਹਾਈ ਆਏਗੀ ਠੀਕ ਹੈ ਜੀ ਸਪੈਸ਼ਲ ਡੋਰ ਆ 16 ਤਾਂ ਆਪਣੀ ਡੋਰ ਹੁੰਦੀ ਹੈ ਘੱਟੋ ਘੱਟ ਦੋ ਦੋ ਤਿੰਨ ਚਰਖੜੀਆਂ ਨੂੰ ਲੱਗਣਗੀਆਂ ਉਹਦੇ 'ਤੇ ਚੜ੍ਹਾਈ ਆਏਗੀ